ਤਾਂ ਦੋਸਤੋ ਦੋ ਖਬਰਾਂ ਨਿਕਲ ਕੇ ਆ ਰਹੀਆਂ ਨੇ ਇੱਕ ਤਾਂ 10ਵੀਂ ਅਤੇ 12ਵੀਂ ਦੇ ਵਿੱਚ ਜਿਨ੍ਹਾਂ ਦੀ ਕੰਪਾਰਟਮੈਂਟ ਰੀਪੇਰ ਆਈ ਆ ਉਹਨਾਂ ਦੇ ਫਾਰਮ ਕਦੋਂ ਭਰੇ ਜਾਣਗੇ ਅਤੇ ਪੇਪਰ ਕਦੋਂ ਹੋਣਗੇ ਇੱਕ ਤਾਂ ਇਹ ਹੀ ਖਬਰ ਆ ਇੱਕ ਦੋਸਤੋ ਜਿਹੜੇ ਹੈਗੇ 12ਵੀਂ ਵਾਲੇ ਆਪਣੇ ਵਿਦਿਆਰਥੀ ਜਿਹੜੇ ਸੀਗੇ ਉਹ ਆਪਣੇ ਸਰਟੀਫਿਕੇਟ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਅੱਗੇ ਉਹਨਾਂ ਨੇ ਕਾਲਜ ਦੇ ਵਿੱਚ ਐਡਮਿਸ਼ਨ ਕਰਾਣੀ ਹੈ ਤਾਂ ਉਹਨਾਂ ਦੇ ਸਰਟੀਫਿਕੇਟ ਕਦੋਂ ਮਿਲਣਗੇ ਇਹਦੇ ਬਾਰੇ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਠੀਕ ਹੈ ਜੀ ਜਿਹੜਾ ਹੈਗਾ ਜਾਣਕਾਰੀ ਦੇ ਦਿੱਤੀ ਆ ਇਹ ਵੀ ਦੇਖਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਆਹ ਜਿਹੜਾ ਖਬਰ ਆਈ ਹੋਈ ਆ ਇਹਨੂੰ ਰੀਡ ਕਰਦੇ ਸਬੰਧੀ ਸ਼ਡਿਊਲ ਜਾਰੀ ਹੈ ਨਿਕੀ ਜਿਨ੍ਹਾਂ ਦੀ 10ਵੀਂ ਤੇ 12ਵੀਂ ਦੇ ਵਿੱਚ ਕੰਪਾਰਟਮੈਂਟ ਆਈ ਹੈ ਉਹਨਾਂ ਦੇ ਲਈ ਫਾਰਮ ਦੀ ਡੇਟਸ ਠੀਕ ਹੈ ਜੀ ਅਨਾਉਂਸ ਹੋ ਚੁੱਕੀਆਂ ਹਨ ਤਾਂ ਦੇਖੋ ਕੀ ਖਬਰ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀ April 2022 ਦੀ ਸਾਲਾਨਾ ਪ੍ਰੀਖਿਆ ਵਿੱਚ ਜਿਹੜੇ ਹੈਗੇ ਰਿਪੇਅਰ ਕੰਪਾਰਟਮੈਂਟ ਨਤੀਜੇ ਵਾਲੇ ਅਤੇ ਬਾਧੂ ਵਿਸ਼ੇ ਦੀ ਪ੍ਰੀਖਿਆ ਦੇਣ ਦੇ ਚਾਹਵਨ ਪ੍ਰੀਖਿਆਰਤੀ ਲਈ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਠੀਕ ਹੈ ਜੀ ਜਿਨ੍ਹਾਂ ਦੀ ਕੰਪਾਰਟਮੈਂਟ ਰਿਪੇਅਰ ਆਈ ਹੈ ਪਲੱਸ ਦੋਸਤੋ ਜਿਹੜੇ ਹੈਗੇ ਕੋਈ ਐਡੀਸ਼ਨਲ ਠੀਕ ਹੈ ਉਸ ਤੋਂ ਬਾਅਦ ਦੋਸਤੋ ਦੇਖੋ ਕੀ ਕਹਿਣਾ ਹੈ ਕਿ ਸਿੱਖਿਆ ਬੋਰਡ ਦੇ ਕੰਟਰੋਲਰ ਜਿਹੜੇ ਹੈਗੇ ਆਪਣੇ ਜੇ ਆਰ ਮਹਿਰੋਕ ਅਨੁਸਾਰ 10ਵੀਂ ਅਤੇ 12ਵੀਂ ਸ਼੍ਰੇਣੀ ਦੇ April 2022 ਦੀ ਸਲਾਨਾ ਪ੍ਰੀਖਿਆ ਵਿੱਚ ਰਿਪੇਅਰ ਕੰਪਾਰਟਮੈਂਟ ਨਤੀਜੇ ਵਾਲੇ ਪ੍ਰੀਖਿਆਰਤੀ ਦੀ ਅਨੁਪੂਰਕ ਪ੍ਰੀਖਿਆ ਯਾਨੀ ਕਿ ਕੰਪਾਰਟਮੈਂਟ ਪ੍ਰੀਖਿਆ ਨੂੰ ਕਰ ਲੋ ਤੁਸੀਂ ਸਿੱਧੀ ਤਰ੍ਹਾਂ ਅਤੇ ਜਿਹੜੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ ਠੀਕ ਹੈ ਜੀ ਤਾਂ ਉਹ ਅਗਸਤ ਮਹੀਨੇ ਦੇ ਅੰਤ ਜਾਂ ਫਿਰ ਸਤੰਬਰ ਵਿੱਚ ਕਰਵਾਏ ਜਾਣ ਦੀ ਸੰਭਾਵਨਾ ਹੈ ਠੀਕ ਹੈ ਜੀ ਡੇਟ ਦੇਖ ਲਓ ਦੋਸਤੋ ਇਹਦੇ ਵਿੱਚ ਕੀ ਆ ਕਿਸ ਮਹੀਨੇ ਦੇ ਵਿੱਚ ਪੇਪਰ ਹੋਣਗੇ ਜਾਂ ਤਾਂ ਦੋਸਤੋ ਤੁਹਾਡੇ ਜਿਹੜੇ ਪੇਪਰ ਹੈਗੇ ਆ ਉਹ ਠੀਕ ਹੈ ਜੀ ਅਗਸਤ ਮਹੀਨੇ ਦੇ ਅੰਤ ਦੇ ਵਿੱਚ ਹੋਣਗੇ ਜਾਂ ਫਿਰ ਦੋਸਤੋ ਸਤੰਬਰ ਦੇ ਵਿੱਚ ਤੁਹਾਡੇ ਪੇਪਰ ਹੋਣਗੇ ਇਸ ਤਰ੍ਹਾਂ ਇਹਨਾਂ ਨੇ ਕਿਹਾ ਵਾ ਤੇ ਦੋਸਤੋ ਦੇਖੋ ਹੁਣ ਅੱਗੇ ਕੀ ਹੈ ਇਹਨਾਂ ਨੇ ਕਿਹਾ ਹੋਇਆ ਹੈ ਕਿ ਇਸ ਅਨੁਪਰਕ ਪ੍ਰੀਖਿਆ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਵਿੱਚ ਅਪੀਅਰ ਹੋਣ ਲਈ ਪ੍ਰੀਖਿਆਰਤੀ ਪ੍ਰੀਖਿਆ ਫਾਰਮ ਭਰ ਕੇ 10ਵੀਂ ਸ਼੍ਰੇਣੀ ਲਈ ਨਿਰਧਾਰਿਤ ਫੀਸ 1050 ਰੁਪਏ ਪ੍ਰਤੀ ਪ੍ਰਕਿਰਤੀ ਅਤੇ 12ਵੀਂ ਸ਼੍ਰੇਣੀ ਲਈ ਨਿਰਧਾਰਿਤ ਫੀਸ 1350 ਰੁਪਏ ਰੱਖੀ ਗਈ ਹੈ ਠੀਕ ਹੈ ਜੀ ਤਾਂ 10ਵੀਂ ਦੇ ਲਈ 1050 ਰੁਪਏ ਫੀਸ ਆ ਠੀਕ ਹੈ ਤੇ 12ਵੀਂ ਲਈ ਜਿਹੜੀ ਹੈਗੀ ਆ ਫੀਸ 1350 ਰੁਪਏ ਆ ਤੇ ਲਾਸਟ ਡੇਟ ਹੈਗੀ ਆ 30 ਜੁਲਾਈ ਠੀਕ ਹੈ ਜੀ 30 ਜੁਲਾਈ ਤੱਕ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਬਿਨਾਂ ਲੇਟ ਫੀਸ ਤੋਂ ਠੀਕ ਹੈ ਜੀ ਬਿਨਾਂ ਲੇਟ ਫੀਸ ਤੋਂ ਅਗਰ ਤੁਸੀਂ 30 ਜੁਲਾਈ ਤੋਂ ਬਾਅਦ ਭਰੋਗੇ ਤਾਂ ਤੁਹਾਨੂੰ ਫਾਈਨ ਲੱਗੇਗਾ ਉਹ ਕਿੰਨਾ ਪਵੇਗਾ ਉਹ ਵੀ ਤੁਹਾਨੂੰ ਦੱਸਦੇ ਆਂ ਅਦੇਖੋ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਆਨਲਾਈਨ ਜਿਹੜਾ ਹੈਗਾ ਜਮਾ ਵੀ ਕਰਵਾ ਸਕਦੇ ਹਨ ਠੀਕ ਹੈ ਜੀ ਆਨਲਾਈਨ ਜਿਹੜਾ ਹੈਗਾ ਤੁਸੀਂ ਫਾਰਮ ਭਰ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਤੁਸੀਂ ਜਿਹੜਾ ਆਪਣਾ ਫਾਰਮ ਤੀ ਅਗਸਤ ਤੱਕ ਆਨਲਾਈਨ ਭਰ ਕੇ ਠੀਕ ਹੈ ਜੀ 30 ਜੁਲਾਈ ਤੱਕ ਸੌਰੀ 30 ਜੁਲਾਈ ਤੱਕ ਆਨਲਾਈਨ ਫਾਰਮ ਭਰ ਲਿਆ ਤੇ ਉਸ ਦਾ ਬਾਅਦ 8 ਅਗਸਤ ਤੱਕ ਤੁਸੀਂ ਆਪਣਾ ਜਿਹੜਾ ਹੈਗਾ ਫਾਰਮ ਠੀਕ ਹੈ ਉਸ ਦਾ ਪ੍ਰਿੰਟ ਆਊਟ ਕਢਾ ਕੇ ਆਪਣੇ ਸਕੂਲ ਤੋਂ ਜਿਹੜਾ ਹੈਗਾ ਤਸਦੀਕ ਕਰਵਾ ਕੇ ਸਟੈਂਪ ਮੋਹਰ ਲਗਵਾ ਕੇ ਉਸ ਫਾਰਮ ਤੇ ਤੇ ਤੁਸੀਂ ਫਿਰ ਉਸ ਨੂੰ ਆਪਣੇ ਜ਼ਿਲ੍ਹੇ ਦੇ ਜਿਹੜਾ ਹੈਗਾ ਖੇਤਰੀ ਦਫ਼ਤਰ ਯਾਨੀ ਕਿ ਪੰਜਾਬ ਬੋਰਡ ਦਾ ਨਾ ਇੱਕ ਬ੍ਰਾਂਚ ਹੁੰਦੀ ਆ ਹਰੇਕ ਜ਼ਿਲ੍ਹੇ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਉੱਥੇ ਜਮ੍ਹਾਂ ਕਰਵਾਣਾ ਵਾ 8 ਅਗਸਤ ਤੱਕ 30 ਤੱਕ ਤੁਸੀਂ ਫਾਰਮ ਭਰਨਾ ਆਨਲਾਈਨ ਤੇ ਉਸ ਦਾ ਫਿਰ ਪ੍ਰਿੰਟ ਆਊਟ ਕਢਾ ਕੇ ਠੀਕ ਹੈ ਜੀ 8 ਅਗਸਤ ਤੱਕ ਤੁਸੀਂ ਉੱਥੇ ਜਾ ਕੇ ਜਮ੍ਹਾਂ ਵੀ ਕਰਵਾ ਕੇ ਅਨਾਵਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਆਖਰੀ ਤਰੀਕ ਲੰਘਣ ਤੋਂ ਬਾਅਦ ਯਾਨੀ ਕਿ 30 ਤਰੀਕ 30 ਜੁਲਾਈ ਨੰਗਣ ਤੋਂ ਬਾਅਦ ਫਿਰ ਦੋਸਤੋ ਤੁਹਾਨੂੰ 1000 ਰੁਪਏ ਫਾਈਨ ਲੱਗੇਗਾ ਤੇ ਫਿਰ ਤੁਸੀਂ ਆਪਣਾ ਜਿਹੜਾ 9 ਅਗਸਤ ਤੱਕ ਫਾਰਮ ਭਰ ਸਕਦੇ ਹੋ ਠੀਕ ਹੈ ਜੀ ਤੇ 1000 ਰੁਪਏ ਫਾਈਨ ਲੱਗੇਗਾ ਯਾਨੀ ਕਿ ਦਸਵੀਂ ਵਾਲਿਆਂ ਨੂੰ ਹੁਣ ਪੇ ਕਰਨੇ ਪੈਣਗੇ 2050 ਰੁਪਏ ਤੇ ਜਿਹੜੇ ਹੈਗੇ 12ਵੀਂ ਵਾਲਿਆਂ ਨੂੰ ਹੁਣ ਪੇ ਕਰਨੇ ਪੈਣਗੇ ਕਿੰਨੇ 1350 ਰੁਪਏ ਸੀਗਾ ਤਾਂ ਹੁਣ ਦੋਸਤੋ ਤੁਹਾਨੂੰ 2350 ਰੁਪਏ ਪੇ ਕਰਨੇ ਪੈਣਗੇ ਯਾਨੀ ਕਿ 1350 ਦੇ ਵਿੱਚ 1000 ਰੁਪਏ ਐਡ ਹੋ ਜਾਊਗਾ ਠੀਕ ਹੈ 1000 ਰਹਿੜ ਕੇ 2050 ਰੁਪਏ ਹੋ ਜਾਊਗਾ ਤੇ 9 ਅਗਸਤ ਤੱਕ ਤੁਸੀਂ ਆਪਣੇ ਜਿਹੜਾ ਫਾਰਮ ਭਰ ਸਕਦੇ ਹੋ ਤੇ 16 ਅਗਸਤ ਤੱਕ ਤੁਸੀਂ ਆਪਣਾ ਜਿਹੜਾ ਹੈਗਾ ਪ੍ਰੀਖਿਆ ਜਿਹੜਾ ਹੈਗਾ ਆਪਣੇ ਵਿਦਿਆਰਥੀ ਜਾਂ ਪ੍ਰੀਖਿਆਰਤੀ ਆਪਣਾ ਫਾਰਮ ਖੇਤਰੀ ਦਫ਼ਤਰ ਦੇ ਵਿੱਚ ਜਮਾ ਕਰਵਾ ਕੇ ਆ ਸਕਦੇ ਹਨ ਠੀਕ ਹੈ ਜੀ 16 ਅਗਸਤ ਤੱਕ ਫਾਰਮ ਤੁਸੀਂ ਜਮਾ ਵੀ ਕਰਵਾ ਸਕਦੇ ਹੋ ਜਿਹੜਾ ਆਨਲਾਈਨ ਭਰੋਂਗੇ ਫਾਰਮ ਉਹਦਾ ਪ੍ਰਿੰਟ ਆਊਟ ਕਢਾ ਕੇ ਅੰਤ ਦੇ ਵਿੱਚ ਦੋਸਤੋ ਜੇ ਤੁਸੀਂ 9 ਅਗਸਤ ਤੱਕ ਵੀ ਫਾਰਮ ਨਹੀਂ ਭਰਦੇ ਹੋ ਫਿਰ ਦੋਸਤੋ ਤੁਹਾਨੂੰ ਜਿਹੜਾ ਹੈਗਾ ਮੌਕਾ ਮਿਲੂਗਾ 18 ਅਗਸਤ ਤੱਕ ਦਾ ਭਰਨ ਦਾ ਤੇ ਫਾਈਨ ਦੋਸਤੋ ਹੁਣ ਹੋ ਜਾਏਗਾ 2000 ਰੁਪਏ ਯਾਨੀ ਕਿ 12ਵੇਂ ਵਾਲਿਆਂ ਦੀ ਫੀਸ ਹੈਗੀ 1350 ਰੁਪਏ ਤਾਂ ਇਹਦੇ ਵਿੱਚ ਹੁਣ ਇਹ 1 2000 ਰੁਪਏ ਐਡ ਹੋ ਕੇ ਠੀਕ ਹੈ ਜੀ ਕਿੰਨੇ ਹੋ ਜਾਣਗੇ 3350 ਰੁਪਏ ਠੀਕ ਹੈ ਜੀ 3350 ਰੁਪਏ ਟੋਟਲ ਫੀਸ ਹੋ ਜਾਊਗੀ ਅਗਰ ਤੁਸੀਂ ਠੀਕ ਹੈ ਲੇਟ ਹੋ ਜਾਂਦੇ ਹੋ ਹੋਰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ 10ਵੀਂ ਕਲਾਸ ਵਾਲਿਆਂ ਦਾ ਠੀਕ ਹੈ ਜੀ ਜਿਹੜੀ ਫੀਸ ਸੀਗੀ ਉਹ ਸੀਗੀ ਦੋਸਤੋ 1050 ਰੁਪਏ ਤਾਂ ਇਹਦੇ ਵਿੱਚ ਤੁਹਾਡਾ ਜਿਹੜਾ ਹੈਗਾ 2000 ਐਡ ਹੋ ਜਾਊਗਾ ਇਹਦੇ ਵਿੱਚ ਮਤਲਬ ਟੋਟਲ ਫੀਸ ਤੁਹਾਡੀ ਬਣ ਜੂਗੀ 3050 ਰੁਪਏ ਬਣ ਜੂਗੀ ਟੋਟਲ ਫੀਸ ਠੀਕ ਹੈ ਫਿਰ ਦੋਸਤੋ ਤੁਹਾਨੂੰ ਜਿਹੜਾ ਹੈਗਾ 18 ਅਗਸਤ ਤੱਕ ਦਾ ਮੌਕਾ ਮਿਲੂਗਾ ਠੀਕ ਹੈ ਆਨਲਾਈਨ ਫੀਸ ਜਮ੍ਹਾਂ ਕਰਵਾਈ ਜਾ ਸਕੇਗੀ ਅਤੇ ਫਿਰ ਦੋਸਤੋ ਤੁਸੀਂ 24 ਤਰੀਕ ਤੱਕ 10ਵੀਂ ਤੇ 12ਵੀਂ ਵਾਲੇ ਠੀਕ ਹੈ ਜੀ ਖੇਤਰੀ ਦਫ਼ਤਰ ਦੇ ਵਿੱਚ ਆਪਣਾ ਜਿਹੜਾ ਫਾਰਮ ਭਰੋਗੇ ਉਸ ਦਾ ਪ੍ਰਿੰਟ ਆਊਟ ਲੈ ਕੇ ਜਮ रहेगा ठीक है उस तो बाद हम दोस्तों गल करिए पी एस बी ट्वैल्थ सटिफिकेट सिक्ख्या बोर्ड बारहवीं के सर्टिफिकेट बारे अहम सूचना ठीक है जी हाँ पंजाब स्कूल सिक्ख्या बोर्ड की जोड़ी ऑफिशियल वैबसाइट आ उसते भी आह नोटिस आया हुआ वा ठीक है जी कई विद्यार्थी चिंतित सके ਕਿ ਆ ਜਿਹੜਾ ਨੋਟਿਸ ਆ ਫੇਕ ਆ ਜਾਂ ਫਿਰ ਰੀਅਲ ਆ ਇਹਦੇ ਬਾਰੇ ਦੱਸੋ ਤਾਂ ਦੋਸਤੋ ਆ ਜਿਹੜਾ ਤੁਹਾਡਾ ਸਰਟੀਫਿਕੇਟ ਦੇ ਬਾਰੇ ਸੂਚਨਾ ਆਈ ਹੋਈ ਹੈ ਠੀਕ ਹੈ ਜੀ ਇਹਦੇ ਬਾਰੇ ਹੀ ਦੱਸ ਰਿਹਾ ਹੁਣ ਤੁਸੀਂ ਆਪਣਾ ਸਰਟੀਫਿਕੇਟ ਬੜੇ ਹੀ ਈਜ਼ੀ ਤਰੀਕੇ ਨਾਲ ਪ੍ਰਾਪਤ ਕਿਵੇਂ ਕਰ ਸਕਦੇ ਹੋ ਕਿ ਜਿਨ੍ਹਾਂ ਨੇ ਐਡਮਿਸ਼ਨ ਲੈਣੀ ਆ ਤਾਂ ਦੇਖੋ ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਪ੍ਰੀਖਿਆ April 2022 ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰੀਖਿਆਰਤੀ ਦੇ ਸਰਟੀਫਿਕੇਟ ਨਤੀਜਾ ਕਾਰਡ ਮਿਤੀ 18/7/2022 ਨੂੰ ਜ਼ਿਲ੍ਹਾ ਪੱਧਰ ਤੇ ਸਥਿਤ ਬੋਰਡ ਦੇ ਖੇਤਰੀ ਦਫ਼ਤਰਾਂ ਵਿੱਚ ਭੇਜੇ ਜਾ ਰਹੇ ਹਨ ਠੀਕ ਹੈ ਜੀ ਤਾਂ ਦੇਖ ਸਕਦੇ ਹੋ ਦੋਸ ਅਹ ਜਿਹੜਾ ਤੁਹਾਡਾ 18 ਜੁਲਾਈ ਨੂੰ ਠੀਕ ਹੈ ਜੀ ਤੁਹਾਡੇ ਜਿਹੜੇ ਹੈਗੇ ਪੰਜਾਬ ਬੋਰਡ ਦੇ ਜਿਹੜੇ ਹਰੇਕ ਜ਼ਿਲ੍ਹੇ ਦੇ ਵਿੱਚ ਬ੍ਰਾਂਚ ਹੁੰਦੀ ਹੈ ਠੀਕ ਹੈ ਜੀ ਉਹਨਾਂ ਦੀ ਪੰਜਾਬ ਬੋਰਡ ਵਾਲਿਆਂ ਦੀ ਤਾਂ ਉੱਥੇ ਦੋਸਤੋ ਜ਼ਿਲ੍ਹਾ ਪੱਧਰ ਤੇ ਯਾਨੀ ਕਿ ਤੁਹਾਡੇ ਜ਼ਿਲ੍ਹੇ ਦੇ ਪੰਜਾਬ ਬੋਰਡ ਦੇ ਦਫ਼ਤਰ ਦਫ਼ਤਰ ਦੇ ਵਿੱਚ ਠੀਕ ਹੈ ਜੀ ਸਰਟੀਫਿਕੇਟ ਭੇਜ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਦੋਸਤੋ ਕੀ ਹੈ ਕਿ ਸਬੰਧਤ ਸਕੂਲ ਦੇ ਮੁਖੀ ਤੇ ਜਿਹੜੇ ਹੈਗੇ ਆਪਣੇ ਨੁਮਾਇੰਦੇ ਆਪਣੇ ਸਕੂਲ ਦੇ ਸਰਟੀਫਿਕੇਟ ਨਤੀਜਾ ਕਾਗਜ਼ ਜਿਹੜਾ ਹੈਗਾ ਆਪਣੇ ਜ਼ਿਲ੍ਹੇ ਵਿੱਚੋਂ ਸਥਿਤ ਖੇਤਰੀ ਦਫ਼ਤਰ ਤੋਂ 19 ਸਤ ਤੋਂ ਹੀ ਗਏ ਪ੍ਰਾਪਤ ਕਰ ਸਕਦੇ ਹਨ ਠੀਕ ਹੈ ਜੀ 19 ਤਰੀਕ ਤੋਂ ਜਿਹੜਾ ਹੈਗਾ 19 ਤਰੀਕ ਤੋਂ ਤੁਹਾਡੇ ਸਕੂਲ ਵਾਲੇ ਫਿਰ ਉਸ ਖੇਤਰੀ ਦਫਤਰ ਤੋਂ ਆਪਣਾ ਜਿਹੜਾ ਹੈਗਾ ਤੁਹਾਡੇ ਜਿਹੜੇ ਹੈਗੇ ਆ ਸਰਟੀਫਿਕੇਟ ਲੈ ਆਉਣਗੇ ਤੇ ਉਸ ਤੋਂ ਬਾਅਦ B 21 22 23 24 25 ਤੱਕ ਤੁਸੀਂ ਦੋਸਤੋ ਜਿਹੜਾ ਹੈਗਾ ਆਪਣਾ ਲੈ ਸਕਦੇ ਹੋ ਹੁਣ ਇਹ ਡਿਪੈਂਡ ਕਰਦਾ ਦੋਸਤੋ ਤੁਹਾਡੇ ਸਕੂਲ ਵਾਲੇ ਕਦੋਂ ਲੈ ਕੇ ਆਉਂਦੇ ਹਨ ਸਰਟੀਫਿਕੇਟ ਜ਼ਿਲ੍ਹਾ ਖੇਤਰੀ ਦਫਤਰ ਦੇ ਵਿੱਚੋਂ ਠੀਕ ਹੈ ਜੀ ਫਿਰ ਦੋਸਤੋ ਜਦੋਂ ਉਹ ਲੈ ਕੇ ਆ ਜਾਣਗੇ ਆਪਣੇ ਸਕੂਲ ਦੇ ਵਿੱਚ ਫਿਰ ਤੁਹਾਨੂੰ ਉਹ ਡਿਸਟ੍ਰਿਬਿਊਟ ਕਰ ਦੇਣਗੇ ਇਸ ਦੇ ਨਾਲ ਹੀ ਦੋਸਤੋ ਜ਼ਿਲ੍ਹਾ ਮਲੇਰ ਕੋਟਲਾ ਠੀਕ ਹੈ ਜੀ ਦੇ ਸਕੂਲ ਪ੍ਰੀਖਿਆਰਤੀ ਅਤੇ ਦੇ ਸਰਟੀਫਿਕੇਟ ਨਤੀਜਾ ਕਾਰਡ ਖੇਤਰੀ ਦਫਤਰ ਸੰਗਰੂਰ ਤੋਂ ਠੀਕ ਹੈ ਜੀ ਜਿਹੜਾ ਹੈਗਾ ਮਲੇਰ ਕੋਟਲਾ ਵਾਲਾ ਹੈਗਾ ਉਹ ਸੰਗਰੂਰ ਤੋਂ ਪ੍ਰਾਪਤ ਕਰਨਗੇ ਤੇ ਜ਼ਿਲ੍ਹਾ ਫਜ਼ਿਲਕਾ ਦੇ ਸਕੂਲ ਦੇ ਪ੍ਰੀਖਿਆਰਤੀ ਦੇ ਸਰਟੀਫਿਕੇਟ ਨਤੀਜਾ ਕਾਰਡ ਖੇਤਰੀ ਦਫਤਰ ਅਬੋਹਰ ਤੋਂ ਠੀਕ ਹੈ ਜੀ ਅਤੇ ਸਹਿਬਜ਼ਾਦਾਜੀਤ ਸਿੰਘ ਨਗਰ ਮੁਹਾਲੀ ਦੇ ਸਕੂਲ ਦੇ ਪ੍ਰੀਖਿਆਰਤੀ ਠੀਕ ਹੈ ਜੀ ਸਰਟੀਫਿਕੇਟ ਨਤੀਜਾ ਕਾਰਡ ਜਿਹੜਾ ਹੈਗਾ ਮੁੱਖ ਦਫਤਰ ਤੋਂ ਠੀਕ ਹੈ ਪ੍ਰਾਪਤ ਕਰਨਗੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਾਪਤ ਕਰਨਗੇ ਠੀਕ ਹੈ ਜੀ ਆਹ ਜਿਹੜਾ ਸਪੈਸੀਫਿਕ ਇਹਨਾਂ ਦੇ ਇਹ ਠੀਕ ਹੈ ਬਾਕੀ ਜਿਹੜੇ ਅਦਰ ਜਿਵੇਂ ਕਿ ਜ਼ਿਲ੍ਹੇ ਨੀਲੋਦੀ ਆਣਾ ਜਲੰਧਰ ਅਮਰੀਕ ਸਰ ਉਹਨਾਂ ਦਾ ਤਾਂ ਉਹਨਾਂ ਦੇ ਹੀ ਦਫ਼ਤਰ ਦੇ ਵਿੱਚ ਮਿਲੂਗਾ ਠੀਕ ਹੈ ਜੀ ਤਾਂ ਸੋ ਦੋਸਤੋ ਆਲਓਵਰ ਗੱਲ ਇਹ ਆ ਕਿ ਜਿਹੜੇ ਤੁਹਾਡੇ ਸਕੂਲ ਵਾਲੇ ਸਰਟੀਫਿਕੇਟ ਲੈ ਕੇ ਆਉਣਗੇ ਜ਼ਿਲ੍ਹਾ ਉਥੇ ਖੇਤਰੀ ਦਫ਼ਤਰ ਤੋਂ ਪੰਜਾਬ ਬੋਰਡ ਦਾ ਜਿਹੜਾ ਸਬ-ਆਫਿਸ ਆ ਬ੍ਰਾਂਚ ਆ ਜਿਹੜੀ ਉਹਨਾਂ ਦੀ ਫਿਰ ਜਦੋਂ ਉਹ ਲੈ ਕੇ ਆ ਜਾਣਗੇ ਆਪਣੇ ਕੋਲ ਠੀਕ ਹੈ ਫਿਰ ਤੁਹਾਨੂੰ ਉਹ ਦੇਣਗੇ ਤਾਂ ਡੇਟ ਕਿੰਨੀ ਹੈ ਦੋਸਤੋ ਆ ਦੇਖ ਸਕਦੇ ਹੋ 18 ਤੋ ਉਹ ਭੇਜੇ ਜਾ ਰਹੇ ਹਨ ਤਾਂ 19 ਤਰੀਕ ਤੱਕ ਪਹੁੰਚ ਜਾਣਗੇ ਉਸ ਤੋਂ ਬਾਅਦ ਦੋਸਤੋ ਹੁਣ ਡਿਪੈਂਡ ਕਰਦਾ ਕਿ ਤੁਹਾਡੇ ਸਕੂਲ ਵਾਲੇ ਕਿੰਨੀ ਤਰੀਕ ਨੂੰ ਜਾਂ 20 ਤਰੀਕ ਨੂੰ ਲੈ ਕੇ ਆਣ ਹੋ ਸਕਦਾ ਦੋਸਤੋ 21 ਨੂੰ ਲੈ ਕੇ ਆਣ ਹੋ ਸਕਦਾ 22 ਨੂੰ ਲੈ ਕੇ ਆਣ ਠੀਕ ਹੈ ਜੀ ਤਾਂ ਇਸ ਤਰ੍ਹਾਂ ਹੋ ਸਕਦਾ ਵੀ ਦੋਸਤੋ ਹੁਣ ਉਹ 20 21 22 ਨੂੰ ਜਦ ਤਾਂ ਦੋਸਤੋ ਤੁਹਾਨੂੰ 19 ਤਰੀਕ ਤੋਂ ਬਾਅਦ ਠੀਕ ਹੈ ਜੀ ਆਪਣੇ ਸਕੂਲ ਨਾਲ ਕੰਟੈਕਟ ਕਰ ਲਿਓ ਤੁਹਾਡਾ ਸਰਟੀਫਿਕੇਟ ਤੁਹਾਨੂੰ ਮਿਲ ਜਾਏਗਾ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਹੋਰ ਵੀ ਲਿਖਿਆ ਹੈ ਕਿ ਫੀਸ ਡਿਫਾਲਟਰ ਪ੍ਰਗਤੀ ਰਿਪੋਰਟ ਪ੍ਰਾਪਤ ਨਾ ਹੋਣ ਕਾਰਨ ਵਾਧੂ ਸੈਕਸ਼ਨ ਵਾਧੂ ਪ੍ਰੀਖਿਆਰਥੀ ਦੀ ਫੀਸ ਜਮ੍ਹਾਂ ਨਾ ਕਰਵਾਉਣ ਕਰਕੇ ਰੁਕੇ ਗਏ ਸਰਟੀਫਿਕੇਟ ਵਾਲੇ ਸਕੂਲਾਂ ਦੀ ਸੂਚੀ ਸੰਬੰਧਿਤ ਸਕੂਲ ਲੌਗਇਨ ਆਈਡੀ ਤੇ ਉਪਲਬਧ ਹੈ ਠੀਕ ਹੈ ਜੀ ਤਾਂ ਜਿਹੜੇ ਸਕੂਲ ਜਿਹੜੇ ਸਕੂਲਾਂ ਨੇ ਠੀਕ ਹੈ ਜੀ ਸਰਟੀਫਿਕੇਟ ਦੀ ਫੀਸ ਨਹੀਂ ਜਮ੍ਹਾਂ ਕਰਵਾਈ ਸੀ ਠੀਕ ਹੈ ਜੀ ਤਾਂ ਉਹਨਾਂ ਦੇ ਦੋਸਤੋ ਸੂਚੀ ਜਿਨ੍ਹਾਂ ਠੀਕ ਹੈ ਜੀ ਉਹ ਜਿਹੜੀ ਸਕੂਲ ਲੌਗਇਨ ਆਈਡੀ ਤੇ ਠੀਕ ਹੈ ਜੀ ਜਿਹੜੀ ਹੈ ਉਪਲਬਧ ਕਰਵਾ ਦਿੱਤੀ ਗਈ ਹੈ ਜਾਣਕਾਰੀ ਕਿ ਹਾਂ ਵੀ ਤੁਸੀਂ ਜਿਹੜੀ ਹੈ ਕਿ ਜਮ੍ਹਾਂ ਨਹੀਂ ਕਰਵਾਈ ਹੈ ਫੀਸ ਜਮ੍ਹਾਂ ਕਰਾਓ ਫਿਰ ਹੀ ਅਸੀਂ ਸਰਟੀਫਿਕੇਟ ਭੇਜਾਂਗੇ ਠੀਕ ਹੈ ਜੀ ਜਿਹੜੇ ਸਕੂਲ ਦੇ ਪ੍ਰੀਖਿਆਰਥੀਆਂ ਦੇ ਸਰਟੀਫିକੇਟ ਰੋਕੇ ਹੋਏ ਹਨ ਠੀਕ ਹੈ ਤਾਂ ਉਹਨਾਂ ਦੀ ਸੂਚੀ ਦੋਸਤੋ ਸਕੂਲ ਲੌਗਇਨ ਆਈ ਟੀ ਤੇ ਹੈਗੇ ਤੁਹਾਡੇ ਸਮਝ ਨਹੀਂ ਆਊਗੀ ਦੋਸਤੋ ਸਕੂਲ ਵਾਲਿਆਂ ਦੇ ਲਈ ਗੱਲ ਲਿਖੀ ਹੋਈ ਆ ਠੀਕ ਹੈ ਜੀ ਕਿਉਂਕਿ ਇਹ ਸਕੂਲ ਜਿਹੜੇ ਹੁਣ ਸਰਟੀਫିକੇਟ ਆ ਦੋਸਤੋ ਤੁਹਾਨੂੰ ਸਕੂਲ ਦੇ ਥਰੂ ਹੀ ਮਿਲ ਰਹੇ ਹਨ ਪਿਛਲੇ ਸਾਲ ਤੋਂ ਠੀਕ ਹੈ ਕੀ ਹੋ ਰਿਹਾ ਸੀਗਾ ਕਿ ਸਰਟੀਫିକੇਟ ਵਿਦਿਆਰਥੀਆਂ ਨੂੰ ਖੁਦ ਪੰਜਾਬ ਬੋਰਡ ਤੋਂ ਲੈਣਾ ਪੈਂਦਾ ਸੀਗਾ origignal ਜਾਂ ਫਿਰ ਡਿਜੀ ਲੋਕਰ ਵਾਲੇ ਹੀ ਮਿਲ ਰਹੇ ਸਨ ਠੀਕ ਹੈ ਤਾਂ ਦੋਸਤੋ ਡਿਜੀ ਲੋਕਰ ਤੇ ਵੀ ਸਰਟੀਫਿਕੇਟ ਆ ਜਾਣਗੇ ਤੇ ਇਸ ਤੇ ਦਾ ਚਲੋ ਆਫਲਾਈਨ ਪਹਿਲਾਂ ਆ ਹੀ ਰਹੇ ਹਨ ਠੀਕ ਹੈ ਤਾਂ ਆ ਹੀ ਅਪਡੇਟ ਸੀਗਾ ਬਾਕੀ ਦੋਸਤੋ ਤੁਹਾਨੂੰ ਕੋਈ ਕੋਈ ਕੁਇਰੀ ਆ ਤਾਂ ਤੁਸੀਂ ਮੈਨੂੰ ਠੀਕ ਹੈ ਜੀ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਦਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ ਬਾਕੀ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਓਕੇ ਦੋਸਤੋ ਚਲੋ ਠੀਕ ਹੈ